ਚੱਲ ਹੋ ਗਈ। ਪਿੰਡ ਰੰਗੜ ਪਿੰਡ ਦੀ ਬਾਰਿਸ਼ ਦੇਖੋ ਜੀ। ਹਾਂ ਜੀ, ਬਾਰਿਸ਼ 4-5 ਦਿਨਾਂ ਤੋਂ ਲਗਾਤਾਰ ਲੱਗੀ ਹੈ। ਬਹੁਤ ਸੁਹਾਵਣਾ ਮੌਸਮ, ਖਾਣ ਪੀਣ ਵਾਲਾ ਮੌਸਮ ਅੱਜ। ਹਾਂ, ਹਾਂ ਜੀ, ਸਾਹਮਣੇ ਪਿੱਪਲ ਦਾ ਬੂਟਾ ਤੇ ਇੱਥੇ ਆ ਖੂਹ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਤੇ ਅੱਜ ਕੱਲ੍ਹ ਬੰਦ ਪਿਆ। ਪਿੰਡ ਰੰਗੜ ਪਿੰਡ ਦੇ ਘਰ ਜੀ, ਮਹਾਰਾਜ ਆਪਣੇ ਘਰੋਂ ਮੈਂ ਲੈਣ ਡਿਆ ਤੇ ਬਾਹਰ ਇਸਲੇ ਮੈਂ ਜਾ ਨਹੀਂ ਸਕਦਾ, ਗਲੀ 'ਚ ਬਾਰਿਸ਼ ਬਹੁਤ ਹੈ। ਆ ਜੀ ਬਸ, ਆ ਜੀ ਮੇਰੀ ਬੇਲੀ, ਡੰਗਰਾਂ ਵਾਲਾ ਕਮਰਾ।